अपने चैनल करना सबसक्राइब बैल आइकॉन का बटन जरा जरूर दबा लेना ताकि आवन वाली नवी तो नवी वीडियो जो भरावान तक आसानी पहुंच सके। वीडियो जी बना लगे वीडियो इस तरह है बस सिलसिलावार वीडियो जुम्मे वाले दिहाड़े तुम वेखते पे रजवान गुजर की वीडियो होंगी है पिंड इन्हों का भोया बाकी वीडियो का एड्रैस इंज के जिला गुजरात है तहसील भी गुजरात है पिंड जोड़ा इन्हों का भोया लोकेशन अगे भी वीडियो दसी दी है किसी भी भराव ना हो गुजरात निकल के आ जाना वाया जोड़ा है गुजरात यूनीवर्सिटी से यूनीवर्सिटी तो अगला स्टाप आता है खोखा खोखे तो जोड़ा रोड निकलता ना कड़िया वाला उस रोड के उत्ते आ जाने के अगर तकरीबन जोड़ा ना कुछ 6 किलोमीटर तो बाद इन्हों का पिंड आता है यही इन्हों की लोकेशन है बाकी नंबर जोड़ा स्क्रीन पर लग जाना किसी भी भरा दूरू आना होकेशन जी इन्हें रजवान को मंगा लेनी है तो बाकी जी गलबात है डंगर की वो सारी असं रजवान ना करा तो पूछ लाते कि मझा जड़िया वीडियो के लाड़िया ने मझा वेख लैनिया ने अगली गलबात जी जे जे भरा पसंद आवे नंबर जोड़ा स्क्रीन पर ला जाना है राबता करके अपना सौदा जोड़ा फैसला कर लेना 12 जुम्मे है तारीख भी बनती है 2 महीना नवा 2022 तो बाकी वीडियो करने जी शुरू। दो देसड़िया ने पिछे 4 खड़िया ने गबड़ा ने या सुइया ने एक गबड़ तीन सुइया ने पहलना ने या दूजना ने तीन पहलना एक दूजा ने एक माई दूजे ने तीन जड़िया ने पहलना ने जी गबड़ है दूजे ने ना दूजे भाई ठीक है करिए वीडियो केड़ी लानी जी नंबर लियाओ जी नंबर जोड़ा ना एक झोटी वहाए बलाल तसली कराए तो बाकी जी गलबात है ना वो सारी इंशाल्लाह भरावान के सामने आ जाती है नंबर एक आ गई जी झोटी जी गुजर साहब भरावान के सामने भाई झोटी भरावान के सामने आ गई सनाप सारा कोई सिंह जैनमन जी बिल्कुल माशाला पूरी माशाला सोहनी सुथरी झोटी है फिर लबास जो है लबास भाई पहलन हो गए थी एक और गल है भाई ਛੋਟੀ ਟਾਈਮ ਤੇ ਹੋਵੇ ਦੀ ਬਿਲਕੁਲ ਠੀਕ ਹੈ ਮਸਲਨ ਸਵੇਰ ਭਾਈ ਅਸੀਂ ਚੋਈਆਂ ਦੇ 6 ਵਜੇ ਜੀ ਤੇ ਹੋਰ ਤਕਰੀਬਨ ਹੋਏ ਜੇ 5:30 ਇੱਥੇ ਵੀ ਹੋਏ ਭਾਈ ਇਹ 5 ਪੂਰੇ ਹੋਏ ਨੇ ਜੀ 5 ਵਜਣ ਤੇ ਵੀ ਇਹ 2 ਮਿੰਟ ਬਾਕੀ ਨੇ ਠੀਕ ਹੈ 1 ਘੰਟਾ ਆਪਣੇ ਟਾਈਮ ਤੋਂ ਪਹਿਲਾਂ ਜਿਹੜਾ ਹੈ ਨਾ ਵੀਡੀਓ ਬਣਦੀ ਪਈ ਹੈ ਗੁਜਰ ਸਾਹਿਬ ਛੋਟੀ ਮੂੰਹ ਚੁਕੇ ਜੇ ਮੂੰਹ ਚ ਭਾਈ 4 ਮੂੰਹ ਚ 4 ਦੰਦ ਨੰਬਰ ਜਿਹੜੀ ਹੈ ਨਾ ਛੋਟੀ 1 ਪੋਸ਼ਲ ਤੋੜ ਪੈਰਾਂ ਦਾ ਇਹ ਫੁੱਠਾ ਖੁੱਲਾ ਸਿੰਘ ਮੂੰਹ ਸਾਰਾ ਕੁ ਭਰਾਵਾਂ ਦੇ ਸਾਹਮਣੇ ਜੀ ਬਿਲਕੁਲ ਬਾਸ ਜਿੰਨਾ ਗਾ ਉਹਨਾਂ ਹੀ ਧੁਨੀ ਕੋਲੇ ਉਹ ਭਰਾਵਾਂ ਦੇ ਸਾਹਮਣੇ ਗੁਜਰ ਸਾਹਿਬ ਕਿੰਨੇ ਕੁ ਦਿਨਾਂ ਦੀ ਝੋਟੀ ਸੋਈ ਜੀ ਭਾਈ ਅੱਜ ਤਕਰੀਬਨ 8ਵਾਂ ਦਿਹਾੜਾ ਜੀ 8ਵਾਂ ਦਿਹਾੜਾ ਹੈ ਇਹ ਮੈਲਾ ਸੱਟਣਾ ਮਗਰ ਕੱਟਾ ਕੱਟੀ ਹੈ ਮਗਰ ਦੇ ਕੱਟਾ ਜੀ ਨੰਬਰ ਜਿਹੜੀ ਹੈ ਝੋਟੀ 1 ਦੇ ਮਗਰ ਗੁਜਰ ਸਾਹਿਬ ਕਿੰਨਾ ਕੁ ਦੁੱਧ ਹੈ ਫਿਰ ਝੋਟੀ ਦੁੱਧ ਭਾਈ ਇਸ ਟਾਈਮ ਸਾਰੀ ਝੋਟੀ ਕੋਲੇ ਤਕਰੀਬਨ 8 ਕਿਲੋ ਦਾ 9 ਨਹੀਂ ਸੀ ਕਹਿੰਦੇ ਠੀਕ ਹੈ ਕੱਚੀ ਝੋਟੀ ਹੈ ਬਗੈਰ ਵੰਡੇ ਤੋਂ ਭਾਈ ਬਾਅਦ ਚੋਗੇ ਦੀਆਂ ਝੋਟੀਆਂ ਨੇ ਠੀਕ ਹੈ ਬਾਹਰ ਖੋਲੀਆਂ ਚੋਕੇ ਹੀ ਆਉਂਦੇ ਨੇ ਤੇ ਚੋਕੇ ਆਈਆਂ ਨੇ ਬਾਹਰ ਚੋਗੇ ਦਾ ਜਿਹੜਾ ਦੁੱਧ ਇਹਨਾਂ ਦੇ ਕੋਲੇ 8 ਕਿਲੋ 8 ਕਿਲੋ ਇਸ ਟਾਈਮ ਮੱਟਪੇ ਜਾ ਰਹੇ ਸਤਿ ਮਿੱਠ ਮੇ ਜਾ ਸਾਰੀ ਦਾ ਹੀ ਇਤਰਾਵਾ ਖਾਣਾ ਦਾ ਇਹ ਸਾਰੀ ਦਾ ਭਾਈ ਕਰ ਲੋ ਸਾਰੀ ਦਾ ਕਰ ਸਾਰੀ ਦਾ ਜ਼ਿੰਦਾਬਾਦ ਜੀ ਦੋਵਾਂ ਟਾਈਮਾਂ ਦਾ ਸਾਰੀ ਦਾ ਮਗਰ ਇਹਦੇ ਕੱਟਾ ਲੰਗਾ ਲਾਉਂਦੇ ਹੋ ਤੁਹਾਨੂੰ ਭਾਈ ਲਾਇਆ ਲਾਉਂਦੇ ਹੋ ਨਾ ਲਾਣਾ ਵੀ ਚਾਹੀਦਾ ਗੁਜਰ ਸਾਹਿਬ ਝੋਟੀ ਕਿਸੇ ਭਰਾ ਨੂੰ ਪਸੰਦ ਆ ਗਈ ਭਾਈ ਕੋਈ ਲੰਬੇ ਚੋੜੇ ਮੁੱਲ ਕਰ ਲੈ ਝੋਟੀ ਝੋਖਿਆ ਦੀ 2,35,000 ਦੀ ਝੋਟੀ ਹੈ ਠੀਕ ਹੈ ਪਰ ਭਾਈ 2,35 ਦੀ ਨਹੀਂ ਦੇਣੀ 2,05,000 ਦੀ ਜਿਸ ਭਰਾ ਨੂੰ ਪਸੰਦ ਆਈ ਤੇ ਬਗੈਰ ਵਾਸਤੇ ਦੇ ਦੇਣਾ ਤੇ ਝੋਟੀ ਵੇਖ ਲੈਣੀ ਸਨਾਪੂ ਵੇਖ ਲੈਣਾ ਜੋ ਜਾਂ ਵੀ ਝੋਟੀ ਦਾ ਵੇਖ ਲੈਣਾ ਤੇ ਮੁੱਲ ਵੀ ਵੇਖ ਲੈਣਾ ਮੁੱਲ ਜੇ ਭਾਈ 2,05,000 ਦੇ ਲੱਗਦਾ ਮੈਂ ਕਿਹਨੂੰ ਫੇਰ ਵੀ ਕਰ ਦੂੰ 2,05,000 ਪਹਿਲਾਂ ਝੋਟੀ ਦੁੱਧ 8 ਕਿਲੋ ਮੂੰਹ ਝੋਕੀ ਮੂੰਹ ਝੋਕੀ 8ਵਾਂ ਦਿਨ ਨੇ ਸੋਏ ਆ ਮੈਲਾ ਇਹ ਸੱਟਣਾ ਹੈ ਸੱਟਣਾ ਭਾਈ 2,05,000 ਰੁਪਇਆ ਡਿਮਾਂਡ ਹੈ ਝੋਟੀ ਵੀ ਵੇਖਣੀ ਹੈ ਤੇ ਮੁੱਲ ਵੀ ਵੇਖਣਾ ਬਿਲਕੁਲ ਭਾਈ ਅਗਲਾ ਫੈਸਲਾ ਜਿਹੜਾ ਹੈ ਨਾ ਉਹ ਭਰਾਵਾਂ ਨੇ ਜੇ ਦਾਤ ਦੇ ਹੱਕਦਾਰ ਹੋਏ ਨਾ ਉਹ ਭਰਾਵਾਂ ਨੇ ਦੇ ਸਕਦੇ ਝੋਟੀ ਦੀ ਖੂਬਸੂਰਤੀ ਵੀ ਹੈ ਸਾਰਾ ਕੁਝ ਇਹ ਥਾਣੇ ਗੁੱਠਾਂ ਦੇ ਲਿਬਾਸ ਸੋਹਣਾ ਸਾਰੀ ਮਾਸ਼ਾਅੱਲਾ ਸੋਹਣੀ ਪਸੰਦ ਕੇ ਥਾਣ ਬਣਾਉਂਦੇ ਆ ਇੱਥੇ ਭਾਈ ਪੂਰਾ झोटी आ गई जी भरावान सामने
ਛੋਟੀ ਜਿਹੜੀ ਹੈ ਪਹਿਲਣ 1 2 ਤੇ 3 ਪਹਿਲੇ ਤਰੋ ਨੰਬਰਾਂ ਦੇ ਪਹਿਲਣਾ ਨੇ ਲੋ ਜੀ ਗੁਰਜੀਤ ਸਾਹਿਬ ਛੋਟੀ ਮੂੰਹ ਚੁੱਕੇ ਜੇ ਮੂੰਹ ਚ ਭਾਈ ਇਹ ਜਵਾਨ ਲੱਗਦੀ ਵੀ ਨੇ ਠੀਕ ਹੈ ਬਾਕੀ ਮਾਸ਼ਾਅੱਲਾ ਛੋਟੀ ਜਿਹੜੀ ਹੈ ਨਾ ਪੂਰੀ ਛੋਟੀ ਜਿਹਨੂੰ ਤਿਰਿਓ ਆਖਿਆ ਦਾ ਨਾ ਉਹ ਛੋਟੀ ਹੋਵੇ ਜੀ ਗਰੰਟੀ ਨਾਲ ਠੀਕ ਹੈ ਪਸਮ ਚੋਇਆ ਜਿਹੜਾ ਨੁਚੜ ਜਾਂਦੀ ਭਾਈ ਮੈਂ ਛੋਟੀ ਮਾ ਜੋ ਪਸੰਦ ਕਰਨਾ ਪੀਟੇ ਲਬਾਸ ਦੀ ਹੋਵੇ ਤੇ ਚੋਇਆ ਜਿਹੜੀ ਨੁਚੜੇ ਹੋ ਨੁਚੜ ਜੇ ਨੁਚੜ ਜੇ ਠੀਕ ਹੈ ਮੇਰੀ ਅਕਸਰ ਵੀਡੀਓ ਵਿੱਚ ਵੇਖਦੇ ਹੋ ਭਾਈ ਲਬਾਸ ਪੀਟੇ ਦੀਆਂ ਹੁੰਦੀਆਂ ਠੀਕ ਹੈ ਲੇਕਿਨ ਚੋਇਆ ਤੇ ਤਾਂ ਥੱਲੇ ਫੜ ਰਹਿ ਜਾਂਦੇ ਆ ਸਾਰਾ ਛੋਟੀ ਦਾ ਭਾਈ ਜਿਹੜਾ ਨਾ ਲਬਾਸ ਦੁੱਧ ਦਾ ਜੀ ਤੇ ਇਸ ਟਾਈਮ ਘੰਟਾ ਹੈ ਵੀ ਪਿੱਛੇ ਠੀਕ ਹੈ ਠੀਕ ਹੈ ਥਣ ਸੋਣਾ ਪਹਿਲਾਂ ਦਾ ਕੇ ਚੁਆਈ ਸੋਣੀ ਇਹ ਪਹਿਲਾਂ ਵਜ਼ਾਹਤ ਕੀਤੀ ਹੈ ਕਿ ਸਵੇਰ 6 ਵਜੇ ਦੀਆਂ ਚੋਈਆਂ ਨੇ ਇਸ ਟਾਈਮ ਵੀਡੀਓ ਪੜਦੇ ਵੀ ਹੈ 5 ਵਜੇ 5 ਵਜੇ 1 ਘੰਟਾ ਆਪਣੇ ਟਾਈਮ ਤੋਂ ਪਹਿਲਾਂ ਜਿਹੜਾ ਹੈ ਨਾ ਵੀਡੀਓ ਬਣਦੇ ਵੀ ਹੈ ਗੁਜਰ ਸਾਹਿਬ ਛੋਟੀ ਕਿੰਨੇ ਕੁ ਦਿਨਾਂ ਦੇ ਸੋਈ ਭਾਈ ਛੋਟੀ ਨੂੰ ਅੱਜ ਮੈਨੂੰ 12ਵਾਂ 13ਵਾਂ ਦਿਹਾੜਾ ਜੀ ਠੀਕ ਹੈ ਤੇ ਛੋਟੀ ਭਾਈ ਰਾਤ ਤੇ ਲੱਗੀ ਹੈ ਮੈਲੇ ਲੱਗੀ ਜਿਹੜਾ ਭਰਾ ਲੈ ਗਿਆ ਉਹਦੇ ਘਰ ਜਾ ਕੇ ਭਾਈ ਰਾਤ ਸੱਤੇ ਠੀਕ ਹੈ ਮੈਲੇ ਛੋਟੀ ਲੱਗੀ ਹੈ ਮਗਰ ਕੱਟਾ ਤੋਂ ਕੱਟੀ ਹੈ ਮਗਰ ਕੱਟੀ ਭਾਈ ਮਗਰ ਇਹਦੇ ਕੱਟੀ ਹੈ ਜੀ ਦੋ ਗੀਆਂ ਨਾ ਗੁਰਜੀਤ ਸਾਹਿਬ ਕਿੰਨਾ ਕੁ ਦੁੱਧ ਹੈ ਸਰ ਛੋਟੀ ਕੋਲ ਭਾਈ ਛੋਟੀ ਭਰਾਵਾਂ ਨੇ ਵੇਖ ਲਈ ਹੈ ਛੋਟੀ ਮਾਸ਼ਾਅੱਲਾ ਇਹਦੀ ਨਸਲ ਵਿੱਚ ਨਾ ਕੋਈ ਸ਼ੱਕ ਨਹੀਂ ਹੈ ਜਿਹੜਾ ਭਰਾ ਲੈ ਗਿਆ ਨਾ ਜੀ ਯਾਦ ਕਰਦਾ ਤਾਂ ਧੁਨੀ ਤੋਂ ਲਾ ਕੇ ਸਾਰਤਾ ਹੀ ਹੋਵੇ ਜੀ ਹੱਡੀ ਇੱਕ ਹੋਵੇ ਹੱਡੀ ਇੱਕ ਹੋਵੇ ਦੀ ਪੂਰੀ ਬਰੀਕ ਛੋਟੀ ਹੈ ਮੱਥੇ ਤੇ ਛੋਟੀ ਜੀ ਖੁੱਲੀ ਜੀ ਬੜੀ ਤਿਰਿਓ ਜੀ ਛੋਟੀ ਹੈ ਠੀਕ ਹੈ ਤੇ ਦੁੱਧ ਇਸ ਟਾਈਮ ਭਾਈ ਪਹਿਲੇ ਛੋਟੀ ਥੱਲੇ 12 ਕਿਲੋ ਹੋ ਗਿਆ ਇਸ ਟਾਈਮ ਸਾਰੀ ਚੋ ਕੇ ਦੋ ਟਾਈਮ ਕੋ ਭਰਾ ਜੇ ਸਵੇਰ ਵੀ 6 ਕਿਲੋ ਚੋਲੇ ਸ਼ਾਮੀ ਵੀ 6 ਕਿਲੋ ਚੋਲੇ ਠੀਕ ਹੈ ਬਾਕੀ 11 ਕਿਲੋ ਦੀ ਗਾਰੰਟੀ ਦੇਣਾ ਜਿਹੜਾ ਮਰਜ਼ੀ ਭਰਾ 12 ਕਿਲੋ ਦੁੱਧ ਦੇ 11 ਕਿਲੋ ਜਿਸ ਮਰਜ਼ੀ ਬਿੱਲ ਮੇਰੇ ਭਰਾ ਦਾ ਹੋਵੇ ਨਾ ਜੀ ਦੁੱਧ 12 ਕਿਲੋ ਦੀ ਮੈਂ 11 ਕਿਲੋ ਦਾ ਸੁਣਾ ਜਿੰਦਾਬਾਦ ਜੀ ਆ ਕੇ ਚੋਵੇਗਾ ਕੋਈ ਭਰਾ ਦੋ ਟਾਈਮ ਦਾ ਦੁੱਧ ਹੋਵੇਗਾ 12 ਕਿਲੋ 12 ਕਿਲੋ ਲੇਕਿਨ ਤਸੱਲੀ ਦੇਣੀ ਹੈ ਕਿਲੋ ਘੱਟ ਤਾਂ ਕਿ ਕੋਈ ਵੀ ਭਰਾ ਆ ਕੇ ਚੋਵੇ ਦੁੱਧ ਜਿਹੜਾ ਵੱਧ ਹੋਵੇ ਵੱਧ ਹੋਵੇ ਨੰਬਰ ਜਿਹੜੀ ਹੈ ਝੋਟੀ 2 ਗੁਜਰ ਸਾਹਿਬ ਕਿੰਨੇ ਦੀ ਝੋਟੀ ਦੀ ਭਾਈ ਝੋਟੀ ਜਿਸ ਤਰ੍ਹਾਂ ਦੀ ਝੋਟੀ ਹੈ ਨਾ ਨਸਲ ਦਾ ਆਦਾ ਜੀ ਤੇ ਜਿਸ ਤਰ੍ਹਾਂ ਦੁੱਧ ਹੈ ਭਾਈ ਪਹਿਲੇ ਝੋਟੀ ਦੁੱਧ 12 ਕਿਲੋ ਕਰਦੀ ਵੀ ਤੇ ਬਗੈਰ ਵੰਡੇ ਤੋਂ ਚੋਗੇ ਦੇ ਸਿਰ ਤੇ ਕਰਦੀ ਆਈਏ ਵੰਡਾ ਨਹੀਂ ਪਾਇਆ ਵੰਡਾ ਜੀ ਭਾਈ ਪਾਇਆ ਜਿਸ ਦਿਨ ਝੋਟੀ ਭਾਈ ਸਲੀ ਸਮਝ ਕੇ ਪਹਿਲੇ ਝੋਟੀ ਦੋ 13 14 ਸਿਰ ਕਰੇ ਨਾ ਤੇ ਵੱਖਰੀ ਜੀ ਝੋਟੀ ਹੁੰਦੀ ਬਿਲਕੁਲ ਤੇ ਭਾਈ ਵੱਖਰੀ ਜੀ ਝੋਟੀ ਦਾ ਮੁੱਲ ਲਾ ਤੇ 2 ਲੱਖ ਤੇ 42000 ਦੀ ਪੱਕੀ ਪਿੰਡੀ ਦੇ ਸਕਣਗੇ 2 ਲੱਖ 42000 ਦੀ 40 ਦੇ 2 42000 ਦੇ 42 ਮੁੱਲ ਹੀ ਹੈ ਕੋਈ ਹੈ ਜੇ ਗੁੰਜਾਇਸ਼ ਤੇ ਭਾਈ ਆ ਦੇ ਦੀ ਗੁੰਜਾਇਸ਼ ਤੋਂ ਨਹੀਂ ਤੁਸੀਂ ਜਿਹੜੀ ਕਰਨੀ ਵਿੱਚ ਕਰ ਲਓ ਕੋਈ ਨਹੀਂ ਹੈ ਗੁੰਜਾਇਸ਼ ਨਹੀਂ ਕੋਈ ਗੁੰਜਾਇਸ਼ ਨਹੀਂ ਹੈ ਲੋ ਜੀ ਗੁਰਜੀਤ ਸਾਹਿਬ ਗੁੰਜਾਇਸ਼ ਕੋਈ ਨਹੀਂ ਹੈ 2 ਲੱਖ ਤੇ 42000 ਰੁਪਇਆ ਮੁੱਲ ਲਾਇਆ ਨੰਬਰ ਜਿਹੜੀ ਹੈ ਨਾ ਝੋਟੀ 2 ਝੋਟੀ ਵੀ ਵੇਖ ਲਈ ਹੈ ਦੁੱਧ ਵੀ ਵੇਖਣਾ ਸਾਰੀਆਂ ਗੱਲਾਂ ਮੱਦੇਨਜ਼ਰ ਰੱਖ ਕੇ ਨਾ ਗੁਰਜੀਤ ਸਾਹਿਬ 42 ਤੋਂ ਤਾਂ ਮੁੱਲ ਲਾ ਕੜਿਆ ਤੇ ਲੇਕਿਨ ਪੁੱਤਰ ਦਾ ਜਿਹੜਾ ਸੱਤ ਹੈ ਨਾ ਉਹ ਛੱਡ ਦਿਓ ਇਸ ਭਰਾ ਨੂੰ ਪਸੰਦ ਆਵੇ ਨਾ ਝੋਟੀ ਕਿੰਨੇ ਦੀ ਦੇ ਸਕਣੀ ਹੈ ਭਾਈ 35 ਦੀ ਦੇਣੀ ਹੈ 34 ਦੀ ਵੀ ਨਹੀਂ ਹੋਣ ਦੇਣੀ ਜੀ ਇਹ ਤੁਹਾਡੀ ਗੱਲ ਨੂੰ ਭਾਈ ਪਾਣੀ ਜਿਹੜਾ ਤੁਸੀਂ ਕਹਿੰਦੇ 30 ਦੀ ਜਾਂਦੀ ਹੋ 2 ਦੀਆਂ ਦੇ ਤਾਂ ਵੀ ਦੇ ਸਕਣੀ ਠੀਕ ਹੈ ਤੇ ਹੋਣਾ 35 ਦੀ ਆਖਿਆ ਜੇ ਤੇ 35 ਦੀ ਦੇਣੀ 34 ਦੀ ਵੀ ਨਹੀਂ ਦੇਣੀ ਤੇ ਝੋਟੀ ਤਿਰੀ ਹੋਵੇ ਜੀ ਜ਼ਿੰਦਾਬਾਦ ਜੀ ਇਹ ਗਰੰਟੀ ਦੁੱਧ 12 ਕਿਲੋ ਬੁੱਲ 2 ਲੱਖ ਦਾ 35 ਦਾ 35 ਦਾ ਪਹਿਲਾਂ ਝੋਟੀ ਦੇ ਮਗਰ ਵੀ ਕੱਟੀ ਮਗਰ ਵੀ ਕੱਟੀ ਹੈ ਨਾ ਬੱਚੇ ਜੀ ਹੈ ਭਈਆ ਬਲਾਲ ਕੱਟੀ ਜਿਹੜੀ ਇਹਨਾਂ ਵਿਖਾ ਸੜਨੀ ਹੈ ਅੱਗੇ ਲਿਓ ਜੇ ਸਫਿਆਨ ਬਾਉ ਨੰਬਰ ਜਿਹੜੀ ਹੈ ਨਾ 3 ਝੋਟੀ ਜਿਹੜੀ ਹੈ ਜੀ ਪਹਿਲਾਂ ਲੋ ਜੀ ਗੁਜਰ ਤਾਂ ਬਗਿਆ ਕਿ ਨੰਬਰ ਜਿਹੜੀ ਹੈ ਨਾ ਝੋਟੀ 3 ਝੋਟੀ ਮੂੰਹ ਚੁੱਕੇ ਜੇ ਮੂੰਹ ਚ ਭਾਈ ਛਿੱਗੀ ਜੇ ਠੀਕ ਹੈ ਤੇ ਝੋਟੀ ਭਰਾਵਾਂ ਦੇ ਸਾਹਮਣੇ ਆ ਗਈ ਹੈ ਠੀਕ ਹੈ ਪੂਰੀ ਭਾਈ ਝੋਟੀ ਮਾਸ਼ਾਅੱਲਾ ਨਸਲ ਦਾ ਆਤਾ ਲਈ ਠੀਕ ਹੈ ਧੋਕਾ ਵਾਲੀ ਨਸ਼ਕਾਲੀ ਨਸ਼ਕਾਲੀ ਪੂਸ਼ਲ ਤੇ ਮੀ ਵਾਲ ਚਿੱਟਾ ਵਾਲ ਨੇ ਚਿੱਟਾ ਸਾਰੀ ਜਿਹੜੀ ਇਹ ਝੋਟੀ ਇੱਕ ਰੰਗ ਦੇ ਵਿੱਚ ਫਿਰ ਝੋਟੀ ਦਾ ਲਬਾਸ ਦਾ ਜਿਹੜਾ ਫਰਕ ਹੈ ਨਾ ਉਹ ਬਿਲਕੁਲ ਬਰੀਕ ਸਾਰੀ ਬਰੀਕ ਹੋਵੇ ਜੀ ਭਾਈ ਮਾਸ਼ਾਅੱਲਾ ਮੂੰਹ ਚ ਕੀ ਦੱਸਿਆ ਜੀ ਮੂੰਹ ਚ ਛਿੱਗੀ ਭਾਈ ਮੂੰਹ ਚ ਛਿੱਗੀ ਹੈ ਜੀ ਗੁਰਜੀਤ ਸਾਹਿਬ ਕਿੰਨੇ ਕੁ ਦਿਨਾਂ ਦੀ ਝੋਟੀ ਸੋਈ ਝੋਟੀ ਨੂੰ ਭਾਈ ਸੋਇਆ ਵੀਡੀਓ ਵਿੱਚ ਲੱਗੀ ਜੇ ਅੱਜ ਤੋਂ ਮਹੀਨਾ ਪਹਿਲੇ ਇੱਕ ਮਹੀਨਾ ਜਾਂ ਬੱਚਾ ਨਾ ਰਾਸ 5-6 ਦਿਹਾੜਿਆਂ ਦੀ ਸੋਈ ਹੈ ਠੀਕ ਹੈ ਠੀਕ ਹੈ ਜਿਸ ਭਰਾ ਨੂੰ ਸ਼ੱਕ ਹੋ ਗਿਆ ਵੀਡੀਓ ਕੋਲ ਕੇ ਸਾਡੇ ਕੋਲ ਤਸੱਲੀ ਕਰ ਸਕਦੇ ਹੋ ਤਸੱਲੀ ਕਰ ਲੈ ਇੱਕ ਮਹੀਨਾ ਪਹਿਲਾਂ ਜਿਹੜਾ ਨਾ ਵੀਡੀਓ ਦੇ ਵਿੱਚ ਝੋਟੀ ਲੱਗੀ ਹੈ ਉਦੋਂ ਬੱਚਾ ਦੇ ਨਾਲ ਆ ਨਾਲ ਆਇਆ ਅੱਜ ਵੀ ਹੈ ਸੋ ਬੱਚਾ ਨਹੀਂ ਭਾਈ ਬੱਚਾ ਕੋਈ ਨਹੀਂ ਬੱਚਾ ਕੋਈ ਨਹੀਂ ਧੁੰਨੀ ਕੋਲੀ ਦਾ ਨਿਸ਼ਾਨ ਹੋਵੇ ਦਾ ਠੀਕ ਹੈ ਬੜੀ ਵੱਖਰੀ ਜੀ ਝੋਟੀ ਭਾਈ ਜਿਸ ਬੰਦੇ ਨੇ ਸਾਲ ਲੀ ਨਾ ਯਾਦ ਕਰੇ ਦਾ ਸਾਰੀ ਸਟੂਡੈਂਟ ਹੈ ਨਾ ਸਟੂਡੈਂਟ ਹੈ ਪਾੜੇ ਲੱਗ ਗਏ ਜੀ ਪਾੜੇ ਤੇ ਭਾਈ ਬਿਲਕੁਲ ਫਿੱਟ ਪਾਓ ਨਾ ਪਾਓ ਥੱਲੇ ਬਹਿ ਜਾ ਸਾਪੜਾ ਮਾਰ ਕੇ ਲੜਨ ਨਹੀਂ ਲੱਗਾ ਲੱਗੀ ਨਹੀਂ ਹੈ ਠੀਕ ਹੈ ਤਾਂ ਜੀ ਕੋ ਸਾਊਗਾ ਤਾਂ ਭਰਾਵਾਂ ਨੇ ਚੈੱਕ ਕਰਾ ਸੰਡਿਆ ਘੱਟ ਝੁੱਟੀਆਂ ਇੰਨੀਆਂ ਸਾਊ ਹੋ ਗਈਆਂ ਸਮਝੇਗੇ ਬੱਚਾ ਨੂੰ ਨਾ ਹੋਵੇ ਤੇ ਤਾਂ ਵੀ ਆਂਦੀ ਹੈ ਕੋਈ ਰੋਲਾ ਹੀ ਨਹੀਂ ਹੈ ਇਹ ਬੱਚਾ ਹੈ ਹੀ ਕੋਈ ਨਹੀਂ ਇਹ ਹੀ ਪੜਦਾ ਇਹ ਨਸਲਾਂ ਦੇ ਬੇਸ਼ੱਕ ਇੱਥੇ ਥੱਲੇ ਬਹਿ ਜਾ ਕੋਈ ਚੀਜ਼ ਨਾ ਸੋ ਪਾਓ ਅੱਗੇ ਜਾ ਸਾਪੜਾ ਮਾਰ ਕੇ ਥੱਲੇ ਬਹਿ ਜਾ ਤੇ ਝੁੱਟੀ ਜਿਹੜੀ ਹੈ ਨਾ ਲੜਨ ਨਹੀਂ ਲੱਗੀ ਹੈ ਲੜਨ ਨਹੀਂ ਲੱਗੀ ਨੰਬਰ ਜਿਹੜੀ ਹੈ ਨਾ ਝੁੱਟੀ 3 ਸਾਰੀਆਂ ਭਾਈ ਸਾਹ ਨੂੰ ਕੈਮਰੇ ਕੁਮਰੇ ਤੋਂ ਡਰ ਜਾਂਦੀਆਂ ਨੇ ਤੇ ਉਹ
माशाल्लाह सारियां झोटियां फिर एदे नाल दियां ते नहीं पैदा होंदियां जी बिल्कुल ते भाई रिंग दी है ठीक है माशाल्लाह हां जी चो मनु ए ही एदा पाड़ा है ए पाड़ा जी गुजर साहब ए ही पाड़ा है ए ही पाड़ा दो बैठे दो चार कितना कु दूध है सर झोटी कोले दूध भाई तो दसया के असी जमींदार हिसाब जे जी ओ बड़ा शंदा पाले को नहीं पे ठीक है पूंजी काम जेड़ा चलाया सुके ते ठीक है ते ओ जिकन के कहंदे सुके ते मेल माईया जी बिल्कुल ओ काम जे जी ते दूध भाई 8 से 9 10 से तो बाकी 8 से 4 किलो टाइम ले जिस मर्जी मेरे भरा दा ठीक है टाइम दा 4 4.5 किलो 4 4.5 किलो तकरीबन दोवा टाइमा दा 8 ਤੋਂ 9 ਕਿਲੋ ਦੁੱਧ ਹੈ ਇਸ ਟਾਈਮ ਜਿਹੜਾ ਬਗੈਰ ਵੰਡੇ ਤੋਂ ਬਟਨ ਵੀ ਹੈ ਜੇ ਸਾਰਾ ਕੋਈ ਜਿਹੜੀ ਪੂਰੀ ਅੱਲਾ ਦੇ ਬੰਦਾ ਨਸਲੀ ਝੋਟੀ ਹੈ ਕੋਈ ਜਿਹੜਾ ਕਿੰਨੇ ਦੀ ਝੋਟੀ ਦੇ ਸਾਡੇ ਝੋਟੀ ਪਾਈ ਇਹਦਾ ਪੱਕਾ ਜਿਹਾ ਮੁੱਲ ਲਾਣਾ 2 ਲੱਖ ਤੇ 5000 झोटी तीन भी मुल 2,05,000 बिलकुल बारीक मथा जिस मर्जी किसी भरा का दिल किया वीडियो वेखन जिदा ना किया ना वेखन अगू नस्लां दो तरह भरावां नूं वहाणियां ने ठीक है ते असीं जिहड़ियां ब्रीडां तैयार कीतियां ने ते मेहनत कीती अपने घर दी जी अपने घर दी लो जी गुजर साहब अगे नंबर जेडी है ना 4 4 भाई भरावां दे सामने आ गई जी दूजन झोटी है ठीक है ठीक है भाई झोटी है मेरे कोलों गई है पहले ठीक है पछड़ होई है ते मोड़वी दी पी गई ਠੀਕ ਹੈ ਠੀਕ ਹੋ ਗਿਆ ਭਾਈ 1,30,000 ਦੀ ਉਹਨਾਂ ਨੂੰ ਦਿੱਤੀ ਹੈ ਜਿਹਨਾਂ ਨੂੰ ਆਖਿਆ ਜਿੰਦੜੇ ਝੋਟੀ ਤਿਆਰ ਹੋਈ 2,60,000 ਦੀ ਡਬਲ ਪੈਸੇ ਦੇ ਕੇ ਮੈਂ ਵਾਪਸ ਲੈ ਆਵਾਂ ਉਹਨਾਂ ਨੇ ਆਖਿਆ 1.5 ਲੈਣੀ ਤੇ 3 ਦੀ ਲੈਣੀ ਆ ਲੱਖ ਲੈਣੀ ਤੇ 2 ਦੀ ਲੈਣੀ ਆ ਡਬਲ ਪੈਸੇ ਦੇ ਦੇ ਭਾਈ 1,30,000 ਉਹਨਾਂ ਨੂੰ ਲਿਆ ਤੇ 2,60,000 ਰੁਪਇਆ ਦੇ ਕੇ ਉਹਨਾਂ ਕੋਲ ਵਾਪਸ ਲਿਆ ਮੋੜਵੀਂ ਲਿਆਂਦੀ ਹੈ ਠੀਕ ਹੈ ਤੇ ਝੋਟੀ ਨੂੰ ਭਾਈ ਇੱਕ ਗਲਤੀ ਹੋ ਗਈ ਝੋਟੀ ਨੂੰ ਉਹਨਾਂ ਨੇ ਦੱਸਿਆ ਕਿ 1 ਮਹੀਨਾ ਤੇ ਅੱਜ 10 ਦਿਹਾੜੇ ਬਣਦੇ ਨੇ ਰਹਿ ਗਏ ਨੇ ਠੀਕ ਹੈ ਠੀਕ ਮੈਂ ਹਿਸਾਬ ਲਾਇਆ ਕਿ ਜਿਹੜੀਆਂ ਦਿੱਤੀਆਂ ਹੁੰਦੀਆਂ ਨੇ ਮੋੜਵੀਆਂ ਬੰਦੇ ਲਿਸੀਆਂ ਕਰ ਸਕਦੇ ਨੇ ਤੇ ਲਿਆ ਕੇ ਤੇ ਮਹੀਨਾ ਸਲ ਨਾ ਸੋ ਜੀ ਬਿਲਕੁਲ ਤੇ ਉਹ ਆਈਏ ਤੇ ਉਹਨਾਂ ਨੇ ਸਲ ਕੇ 10 ਅੜੀ ਹੈ ਸਾਂਭ ਜਿਹੜੀ ਹੈ ਨਾ ਉਹਨਾਂ ਦੀ ਵੱਖਰੀ ਜੀ ਹੈ ਵੱਖਰੀ ਜੀ ਹੈ ਵੱਖਰੀ ਜੀ 1 ਮਹੀਨਾ ਤੇ ਇਹ 10 ਦਿਹਾੜੇ ਲੰਦੇ 10 ਦਿਨ ਇਹ ਝੋਟੀ ਨੇ ਲੈ ਜਾਣੇ ਨੇ ਝੋਟੀ ਜਿਹੜੀ ਹੈ ਨੰਬਰ 4 ਤੇ ਸੁਬਾ ਲੈਣਾ ਝੋਟੀ ਨੇ ਦੂਸਰਾ ਗੁਜਰ ਸਾਹਿਬ ਕਿਸੇ ਭਰਾ ਨੂੰ ਪਸੰਦ ਆਵੇ ਭਾਈ 2,60,000 ਦੀ ਆਪਣੀ ਠੀਕ ਹੈ ਜਿਹੜੀ ਗੱਲ ਸਹੀ ਕੀ ਕਰਨ ਜੀ ਤੇ ਭਾਈ ਇਹਦੇ ਵਿੱਚ ਲੈ ਦੇਣ ਲੱਗੇ ਕੱਖ ਨਹੀਂ ਜਿਸ ਤਰ੍ਹਾਂ ਕਿਸੇ ਨੇ ਆਖਿਆ ਨਾ ਉਹ ਕਰ ਲਾਂ 2,60,000 ਰੁਪਏ ਦੇ ਤੁਸੀਂ ਲਿਆਂਦੀ ਹੈ ਮਜ਼ੀਦ ਕਿਸੇ ਭਰਾ ਨੂੰ ਪਸੰਦ ਆਵੇ ਨਾ ਵਾਦਾ ਕਰ ਉਹ ਵਾਦਾ ਘਾਟਾ ਜਿਹੜਾ ਹੋਇਆ ਉਹ ਫੋਨ ਨੰਬਰ ਜਿਹੜਾ ਲੱਗ ਜਾਣਾ ਸਕਰੀਨ ਤੇ ਉਹ ਤੁਹਾਡੇ ਕੋਲ ਫੋਨ ਕਰਕੇ ਨਾ ਪੁੱਛ ਲੇਗਾ ਲੋ ਜੀ ਇਹ ਤੇ ਵਹਾ ਸੜੀ ਹੈ ਅੱਗੇ ਜਿਹੜੀ ਇੱਕ ਬਰੀਡ ਹੈ ਨਾ ਰਜ਼ਵਾਨ ਦੀ ਜਿਹੜੀ ਤਿਆਰ ਹੋਈ ਹੈ ਕਿੰਨੀਆਂ ਨੇ ਮਜਾ ਸੜੇ ਤਿਆਰ ਹੋਈ ਹੈ ਭਾਈ 3-4 ਦੇ ਪਹਿਲੇ ਤੇ ਬਲਾਸਾ ਵੀ ਕਹਿ ਵਹਾਉਣਾ ਹੈ ਮਾਜ ਠੀਕ ਹੈ ਐ ਮੱਜ ਭਾਈ ਮੇਰੇ ਕੋਲ 4th-5th ਸੂਏ ਠੀਕ ਹੈ ਠੀਕ ਹੈ ਐ ਮੱਜ ਨੂੰ ਮੇਰੇ ਕੋਲੇ ਸੂਏ ਆ ਤਕਰੀਬਨ ਹੋ ਗਏ ਨੇ 7-8 ਮਹੀਨੇ 7-8 ਮਹੀਨੇ 7-8 ਮਹੀਨੇ ਸੂਏ ਆ ਮੱਜ ਸੂਏ ਆ ਮਗਰ ਕੱਟੀ ਭਾਈ ਜੀ ਠੀਕ ਹੈ ਐ ਮੱਜ ਮੇਰੇ ਕੋਲ ਭਾਈ ਪਹਿਲੀ ਮੱਜ ਹੈ ਜਿਸ ਮੱਜ ਨੇ 24 ਲੀਟਰ ਦੁੱਧ ਕੀਤੇ ਆ 24 ਲੀਟਰ 24 ਲੀਟਰ ਐ ਸੂਏ ਕਿਤਾਬ ਐ ਸੂਏ ਭਾਈ ਰਹੀ ਜੇ ਬਾਈਆਂ 20 ਬਾਈਆਂ ਤੇ ਠੀਕ ਹੈ ਮੱਜ ਨੂੰ ਛੇੜੇ ਹੀ ਨਹੀਂ ਆ ਵੀ ਆਪਣੀ ਮੋਜ ਨਾਲ 18-20 ਬਾਈਆਂ ਤੇ ਰਹੀਏ ਠੀਕ ਹੈ ਇਸ ਟਾਈਮ ਵੀ ਮੱਜ ਕੋਲ 16-17 ਕਿਲੋ ਦੁੱਧ ਹੈ ਇਸ ਟਾਈਮ ਵੀ ਅੱਗੂ ਰੜੀ ਹੈ ਮੱਜ ਕਿ ਨਹੀਂ ਇਹ ਨਹੀਂ ਰਲੀ ਪਈ ਆ ਰਲਦੀ ਜਾ ਕੇ 1.5 ਸਾਲ ਬਾਅਦ 1.5 ਸਾਲ ਇਹਨੇ ਮਿਲਣਾ ਫਿਰ ਰਲਣਾ ਤੇ ਫਿਰ ਅੱਗੂ ਜਾ ਕੇ 8 ਮਹੀਨੇ ਫਿਰ ਆਂਦੀ ਪੇ ਚੋ ਬਿਸ਼ਾ ਫਿਰ 8 ਮਹੀਨੇ ਬਾਅਦ ਆਪੋ ਇਹਨੂੰ ਵੇਚਣਾ ਆਪਣੀ ਰੱਖੀ ਹੈ ਨਾ ਘਰ ਦੀ ਹੈ ਵੇਚਣੀ ਚੇਚਣੀ ਨਹੀਂ ਆ ਕੋਈ ਬੰਦਾ ਪਰ ਆਖੇ ਵੀ ਤੇ ਨਹੀਂ ਵੇਚਣੀ ਇਹ ਭਾਈ ਨਸਲ ਵੀ ਦੱਸਦੇ ਆ ਇੰਡੀਆ ਵਿੱਚ ਮਰਵਾ ਨਸਲ ਪਾਈ ਜਾਂਦੀ ਹੈ ਠੀਕ ਹੈ ਉਹ ਮੁਰਾ ਨਸਲ ਹੈ ਇਹ ਉਹ ਨਸਲ ਹੈ ਉਹ ਨਸਲ ਦੀ ਹੈ ਤੇ ਇਹਦੀ ਭਾਈ ਇੱਕ ਕੱਟੀ ਸੂਈ ਹੈ ਪਹਿਲਾਂ ਉਹ ਵੀ ਭਰਾਵਾਂ ਨੂੰ ਵਾਂਝੇ ਤੇ ਦੋ ਕੱਟੀਆਂ ਹੋਰ ਵੀ ਨੇ ਲਓ ਜੀ ਇਹਦੀ ਜਿਹੜਾ ਨਾ ਇੱਕ ਵਾਰੀ ਬਰੀਡ ਜਿਹੜੀ ਤਿਆਰ ਹੋਈ ਹੈ ਉਹ ਵੀ ਇੱਕ ਵਾਰੀ ਭਰਾਵਾਂ ਨੂੰ ਤਕਾ ਸੜਨੀ ਹੈ ਅਭੀ ਗੁਜਰ ਸਾਹਿਬ ਜਿਹੜੀ ਇਹ ਝੋਟੀ ਸੂਈ ਹੈ ਨਾ ਜੀ ਜੀ ਇਹ ਸੂਈ ਹੈ ਭਾਈ ਠੀਕ ਹੈ ਉਸੇ ਮਾਈ ਦੀ ਉਸੇ ਮਾਈ ਦੀ ਪਹਿਲਣ ਕੱਟੀ ਸੂਈ ਜੇ ਠੀਕ ਹੈ ਇਹਨੂੰ ਭਾਈ ਸੋਇਆ ਜੇ 5-6 ਦਿਹਾੜਾ ਠੀਕ ਹੈ ਤੇ ਜਾ ਇਹਦਾ ਜਾਂਦਾ ਰਿਹਾ ਕੱਟਾ ਜਾ ਮੇਰੇ ਕੋਲ ਬਚਦੇ ਹੀ ਨਹੀਂ ਆ ਠੀਕ ਹੈ ਝੋੜਕਾ ਝੁੜਕਾ ਲਾ ਜਾਂਦਾ ਕਿੰਨਾ ਕੁ ਦੁੱਧ ਆਖਰ ਕਰ ਭਾਈ ਮੂੰਹ ਨਾਲ ਤੇ ਜਿੰਨਾ ਮਰਜ਼ੀ ਆਖੀ ਨਾ ਤੈਨੂੰ ਝੋਟੀ ਦਾ ਜਿਹੜਾ ਲਿਬਾਸ ਹੈ ਨਾ ਪੀੜੇ ਲਿਬਾਸ ਦੀ ਹੁੰਦੀ ਉਹ ਮਾਜੀ ਮੇਰੀ ਪੀੜੇ ਲਿਬਾਸ ਦੀ ਹੈ ਝੋਟੀ ਵੀ ਪੀੜੇ ਲਿਬਾਸ ਦੀ ਹੈ ਠੀਕ ਹੈ ਤੇ ਇਸ ਟਾਈਮ ਮੈਂ ਝੋਟੀ ਕੋਲ ਮੇਰੇ ਕੋਲ 13-14 ਲੀਟਰ ਦੁੱਧ ਹੈ 5-6 ਦਿਹਾੜੇ ਅੱਛਾ ਬਗੈਰ
ਵੱਡੇ ਤੋਂ ਬੋਲ ਹੈ ਜਿਹੜਾ ਬਾਅਦ ਦੇ ਸਿਰ ਤੇ ਫਿਰ ਕੇ ਆਉਂਦੀ ਹੈ ਨਾ ਸਾਡੇ ਬਾਅਦ ਚੁੱਕ ਕੇ ਆਈ ਹੈ 13 ਤੋਂ 14 ਲੀਟਰ ਜਿਹੜਾ ਹੈ ਨਾ ਜਿਹੜਾ ਨਾ ਦੁੱਧ ਹੈ ਪਹਿਲੇ ਝੋਟੀ 5-6 ਦਿਹਾੜੇ ਠੀਕ ਹੈ ਅੱਜ ਦੀ ਰਿਕਾਰਡ ਹੈ 22 ਕਿਲੋ 26 ਕਿਲੋ ਠੀਕ ਹੋ ਗਿਆ ਜਿਹੜਾ ਤੁਸੀਂ ਚੋਏ ਆ ਉਹਦੇ ਕੋਲ ਲਓ ਜੀ ਅੱਗੇ ਜਿਹੜਾ ਨਾ ਨੰਬਰ 2 ਜਿਹੜੀ ਹੈ ਝੋਟੀ ਇਹ ਭਾਈ ਝੋਟੀ ਵੀ ਇਹ ਭਰਾਵਾਂ ਨੂੰ ਸ਼ੋਕ ਕਰਾਉਂਦੇ ਆ ਕਿ ਉਹ ਨਾਮ ਹੈ ਵੇਚਣੀਆਂ ਨੇ ਨਾ ਇਹਨਾਂ ਦੇ ਪੈਸੇ ਮੈਨੂੰ 5-5 ਲੱਖ ਵੀ 6-6 ਲੱਖ ਵੀ ਦੇ ਦੇ ਮੈਂ ਨਹੀਂ ਦਿੰਦਾ ਭਾਈ ਠੀਕ ਹੈ ਸਿਰਫ ਇਹ ਸ਼ੋਕੀ ਆ ਭਰਾਵਾਂ ਨੇ ਦੂਜੇ ਸੋਏ ਝੋਟੀ ਤਿਆਰ ਜੇ ਠੀਕ ਹੈ ਜੀ ਤੇ ਸੱਤ ਕੀ ਕਰਨਾ ਝੋਟੀ ਭਾਈ ਸਾਰੀ ਜਿਹੜੀ ਇਹਦੀ ਨਸਲ ਬਰੀਡ ਮਿਹਨਤ ਕੀਤੀ ਹੈ ਭਾਈ ਇਹਨਾਂ ਚੀਜ਼ਾਂ ਦੇ ਹਾਲੀ ਹੈ ਨਹੀਂ ਕਿ ਉਂਝ ਮੈਂ ਉਹ ਜਿਹੜਾ ਨਾ ਸਾਲ ਸਾਹਿਬ ਵਾਲਾ ਬਾਅਦ ਚੋਂਗੇ ਤੇ ਰੱਖੇ ਦੀਆਂ ਨੇ ਠੀਕ ਹੈ ਤੇ ਉਹ ਡੰਗਰ ਬੜਾ ਫਿੱਟ ਰਹਿੰਦਾ ਵਰਦਸ਼ ਵਿੱਚ ਸਾਰੀ ਦਿਹਾੜੀ ਫਿਰਦਾ ਟੁਰਦਾ ਠੀਕ ਹੈ ਸਾਰੇ ਕੰਮ ਠੀਕ ਕਰਦੀਆਂ ਨੇ ਜੀ ਦੁੱਧ ਨਾਰਮਲ ਮਾਈ ਨੂੰ ਟੋਲੇ ਦਾ ਨਸਲ ਉਹਦੀ ਵੇਖ ਲੈ ਦੀ ਕੀ ਕਰਦੀ ਹੈ ਵੀ ਪਹਿਲਾਂ ਨਹੀਂ ਸੋਣਿਆ ਨਹੀਂ ਦੂਜਣ ਭਾਈ ਇਹ ਦੂਜਾ ਸੋਣਾ ਕਿੰਨਾ ਕੋ ਦੁੱਧ ਪਹਿਲਾਂ ਕਰਦੇ ਭਾਈ ਪਹਿਲਾਂ ਝੋਟੀ ਨੇ 16 ਕਿਲੋ ਦੁੱਧ ਕੀਤੇ ਆ ਪਹਿਲਾਂ ਨੇ ਪਹਿਲਾਂ ਠੀਕ ਹੈ ਹੁਣ ਸੋਣਾ ਸੋ ਦੂਸਰਾ ਸੋਆ ਝੋਟੀ ਜਿਹੜੀ ਹੈ ਜੀ ਘਰੇ ਦੀ ਠੀਕ ਹੈ ਲੋ ਜੀ ਗੁੱਜਰ ਸਾਹਿਬ ਵਹਾ ਸੜੀਆਂ ਨੇ ਭਰਾਵਾਂ ਨੇ ਸ਼ੋਕ ਜਿਹੜਾ ਹੈ ਨਾ ਉਹ ਕਰਾ ਸੜਿਆ ਜਿਹੜਾ ਸ਼ੋਕ ਤੁਸੀਂ ਕਰਦੇ ਹੋ ਪਹਿਲਾਂ ਉਹ ਵਹਾ ਸੜੀਆਂ ਨੇ ਭਰਾਵਾਂ ਨੂੰ ਸ਼ੋਕ ਕਰਾ ਸੜਿਆ ਅੱਗੇ ਘੋਰ ਮਾਜੇ ਨਾ ਗੱਬਣ ਐ ਤੇ ਭਾਈ ਜਿੰਨੀਆਂ ਅੱਖਾਂ ਗੋਨੀਆਂ ਪਰ ਆਉਂ ਵਹਾ ਸੜਿਆ ਸਫਿਆਨ ਨੇ ਖੋਲ ਲਿਆ ਲਿਓ ਜੀ ਖੋਲ ਲਿਆਂਦੀ ਹੋਣ ਇੱਕ ਵਾਰੀ ਮਾ ਜਿਹੜਾ ਨੇ ਵੀ ਵਹਾ ਸੜੋ ਗੁੱਜਰ ਸਾਹਿਬ ਸੁਆ ਕੇ ਲੈਣਾ ਮਾ ਇਹਨੇ ਭਾਈ ਝੋਟੀ ਨੇ ਦੂਸਰਾ ਸੁਆ ਲੈਣਾ ਜੇ ਦੂਸਰਾ ਅੱਗੇ ਪਹਿਲਣ ਇੱਕ ਸੁਆ ਲਾਇਆ ਜੇ ਨਾ ਜ਼ਿਆਦਾ ਵੀ ਪਹਿਲਣ ਦਾ ਕਿੰਨਾ ਕੁ ਦੁੱਧ ਕਰਦੀ ਭਾਈ ਇਹ ਬਹੁਤ ਹੀ ਤਗੜੀ ਹੈ ਪਹਿਲਣ ਝੋਟੀ ਨੇ 16-17 ਸਿਰ ਨੂੰ ਲੈਣੀ ਨਹੀਂ ਕੀਤਾ ਤੇ ਪੂਰਾ 1.5 ਸਾਲ ਆ ਵੀ ਗਈ ਤੇ 1.5 ਸਾਲ ਮਿਲੀ ਹੈ 1.5 ਸਾਲ ਮਿਲ ਕੇ ਫਿਰ ਨਵੀਂ ਹੋ ਕੇ ਫਿਰ 8 ਮਹੀਨੇ ਪੁੱਠਾ ਤੇ ਅੱਡੀ ਭਾਈ ਬੜੀ ਤੇਰੀ ਜੀ ਝੋਟੀ ਇਹਦੇ ਵਿੱਚ ਚੈੱਕ ਕਰ ਲੈਣੀ ਹੈ ਅੱਖਾਂ ਦੋਵੇਂ ਇੱਕੋ ਜਿਹੀਆਂ ਤੋ ਜੀ ਤੇ ਭਾਈ ਲਿਬਾਸ ਵੇਖ ਲਓ ਕਿਸੇ ਦਾ ਵੀ ਉਹ ਫਲਾਉ ਹੋਵੇ ਨਾ ਉਹ ਦੀ ਪੀਦੇ ਲਿਬਾਸ ਦੀ ਹੁੰਦੀ ਹੈ ਚੋਇਆਂ ਨੁਚੜਨੀਆਂ ਸਾਰੀਆਂ ਇਹ ਚੋਇਆਂ ਸਿਰਫ ਥਾਣੀ ਰਹਿ ਜਾਂਦੀਆਂ ਐਂਜੋ ਹੁੰਦੀਆਂ ਜਿਕਣ ਪਛੜਾ ਹੁੰਦੀਆਂ ਨੇ ਠੀਕ ਹੈ ਜਿਹੜੀ ਵੀ ਮੇਰੀ ਮੱਝ ਘਰ ਦੇ ਟੈਮੋ ਟੈਮ ਬਣੇਗੀ ਟੈਮੋ ਟੈਮ ਭਾਈ ਪੂਰੇ ਆਪਣੇ ਜੋਰ ਤੇ ਹੁੰਦੀ ਹੈ ਇਹ ਝੋਟੀ ਕੱਢਦੀ ਦਿਹਾੜੇ 1500 ਦਿਨ 1500-1600 ਕੱਢਦੀ ਹੈ ਧੁੰਨੀ ਕੋਲੀ ਇਹਦੇ ਵੀ ਭਰਾਵਾਂ ਨੇ ਭਾਈ ਸਾਰੀਆਂ ਕਪੈਸਟੀਆਂ ਨੇ ਨਸਲ ਲੋ ਜੀ ਗੁੱਜਰ ਸਾਹਿਬ ਮੁੱਲ ਲਾਉਣ ਵਾਲੀਆਂ ਵੀ ਵਹਾ ਸੜੀਆਂ ਨੇ ਇੱਕ ਜਿਹੜਾ ਤੁਹਾਡਾ ਸ਼ੌਕ ਹੈ ਨਾ ਉਹ ਵੀ ਭਰਾਵਾਂ ਨੂੰ ਤਕਾ ਸੜਿਆ ਅਗਲੀ ਵੀਡੀਓ 'ਚ ਫਿਰ ਭਾਈ ਦੋ ਤਰ੍ਹਾਂ ਵਹਾਂ ਦੇ ਭਰਾਵਾਂ ਨੂੰ ਹੋਰ ਇਨਸ਼ਾਅੱਲਾ ਜਿਹੜੀਆਂ ਇਹਨਾਂ ਤੋਂ ਬਾਅਦ ਦੂਸਰਾ ਸਟੈਪ ਤਿਆਰ ਹੋ ਰਿਹਾ ਨਾ ਉਹ ਵੀ ਇਨਸ਼ਾਅੱਲਾ ਵਹਾਂਗੇ ਲੋ ਜੀ ਬਾਕੀ ਵੀਡੀਓ ਕਰਨੇ ਖਤਮ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਪਾਕਿਸਤਾਨ ਜ਼ਿੰਦਾਬਾਦ